ਡਰ ਕਿਉਂ ਲੱਗਦਾ ਰਾਜੇ ਇਹ ਸਾਰੇ ਹੀ ਡਰਦੇ ਆ ਮਰਨ ਤੋਂ ਰਾਵਣ ਵੀ ਮੌਤ ਤੋਂ ਡਰਦਾ ਸੀ ਬੇਬੇ ਹੁਣ ਤਾਂ ਬਾਬੇ ਆਣੇ ਕਿਹਾ ਹੁਣ ਤਾਂ ਬਖਸ਼ ਦੋ ਤੁਸੀਂ ਮੈਨੂੰ ਪਛਾਣਦੇ ਹੋ ਉਹ ਤਾਂ ਠੀਕ ਹੈ ਜੋ ਤੁਸੀਂ ਸਮਝੀ ਬੈਠੀ ਹੋ ਨਾ ਮੇਰੇ ਤੋਂ ਤੁਹਾਨੂੰ ਮਿਲ ਜੂਗਾ ਉਹ ਗੱਲਾਂ ਦਾ ਦਿਮਾਗ ਚੋਂ ਕੱਢ ਦਿਓ ਕੀ ਮੈਨੂੰ ਕੁਝ ਵੀ ਨਹੀਂ ਕੀ ਮਿਹੜ ਚਾਲ ਇੱਥੇ ਹੋਇਆ ਸੀ ਕੁਝ ਇੱਥੇ ਕੀ ਹੋਇਆ ਸੀ ਬਰਾਜੇ ਕੀ ਹੋਇਆ ਸੀ ਇਹ ਸ਼ਰਾਬ ਨਹੀਂ ਸੀਗੀ ਤੁਹਾਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਕਿਉਂ ਰੱਖਿਆ ਗਿਆ ਸੀ ਮੈਂ ਜ਼ਿੰਦਗੀ ਵਿੱਚ ਬੁੱਢੀ ਹੋ ਗਈ ਜ਼ਿੰਦਗੀ ਜਿਉਲੀ ਮੈਂ ਹੁਣ ਮੈਂ ਪਹਿਨਾ ਹੀ ਹੈ ਆਤਮਤ ਨਹੀਂ ਮਗਿਤੀ ਅਮੀ ਆਤਮਤ ਜੋ ਕਰਨੀ ਹੈ ਆਤਮਤ ਕਰਨੀ ਕੀ ਤੇ ਜੀ ਵੀ ਚ ਰੀਸਾ ਹੁੰਦੀ ਆ ਵੈ ਸਾਨੂੰ ਵੀ ਗੁੱਸਾ ਚੜਦਾ ਜੀ ਸਾਨੂੰ ਵੀ ਗੁੱਸਾ ਆਉਂਦਾ ਜੀ ਸਾਡੇ ਵੀ ਚਿੱਕਾ ਹੱਜਦੀਆਂ ਜੀ ਸਾਡੇ ਵੀ ਚਿੱਕਾ ਹੱਜਦੀਆਂ ਹੋਇਆ ਕੀ ਸੀਗਾ ਚੀਕ ਵੱਜੀ ਸੀ ਸੁੱਤੀ ਪਈ ਤੇ ਚਿੱਕਾ ਵੱਜੀ ਅੰਦਰ ਹੀ ਅੰਦਰ ਦਫਨ ਹੋ ਜਾਂਦੀਆਂ ਤੇ ਤੁਸੀਂ ਸਾਨੂੰ ਕਿ ਕੀ ਲੈਣਾ ਜੇ ਸਿੱਕਾ ਮੈਨੂੰ ਸੁਣਨਗੇ ਮੈਂ ਆਪਦੀ ਹੱਲ ਆਪ ਮੈਂ ਤੁਹਾਡੇ ਸਿਰ ਤੇ ਥੋੜਾ ਠੀਕ ਹੋਣਾ ਤੇ ਤੂੰ ਆਪਦੇ ਸਾਰੇ ਅੰਗ ਮੇਰੇ ਵਿੱਚ ਪਵਾ ਦੇ ਤਾਂ ਮੈਂ ਠੀਕ ਹੋ ਜੰਦੂ ਪਹਿਲਾ ਪਿਆਰ ਪਾ ਲੈਣਾ ਬਾਤ ਚ ਉਹ ਗਲੈਂਟੜ ਪਾ ਤੜ ਪਾ ਕੇ ਮੋਤ ਦੇ ਨਹੀਂ ਬਸ ਉਹ ਗੱਲਾਂ ਹੁੰਦੀਆਂ ਤਾਂ ਨਹੀਂ ਅਸੀਂ ਗੱਲ ਤਾਂ ਸੁਣੋ ਗੱਲ ਸੁਣੋ ਇੱਧਰ ਖੁਲੀ ਅੱਖਾਂ ਨਾਲ ਵੀ ਸੁਖਦੇ ਹੁੰਦੇ ਨੇ ਖੁਲੀ ਅੱਖਾਂ ਨਾਲ ਵੀ ਸੁਖਦੇ ਹੁੰਦੇ ਤੈਨੂੰ ਤੇ ਡਾਕਟਰ ਨੂੰ ਪਤਾ ਹੀ ਹੈ ਡਾਕਟਰ ਕਹਿੰਦੇ ਆ ਫਿਲਮ ਬਣੂਗੀ ਕਰੇ ਜਾ ਕੇ ਵੇਖ ਲੀ ਕੀ ਕਰਨਾ ਚਾ ਕਰੇ ਜਾ ਕੇ ਕੀ ਕਰ ਮੈਂ ਸੌਂ ਜੂਗੀ ਹੁਣ ਕੀ ਰੂਮੀ ਇਸ ਕੋਲ ਲੰਮੀ ਲੇਟੀ ਰਹੂਗੀ ਕਿੱਥੇ ਵੀ ਤੂੰ ਸੋਣਾ ਇਥੇ ਆਰਾਮ ਕਰ ਲੋ ਠੀਕ ਹੈ ਜੀ ਅੱਛਾ ਮੇਰੀ ਗੱਲ ਸੁਣੋ ਇਧਰ ਆਪਾਂ ਤਾਂ ਦੋਸਤ ਆ ਨਾ ਆਪਾਂ ਦੋਸਤ ਬਣਿਆ ਹੁਣੇ ਤੁਸੀਂ ਪਛਾਣਨੇ ਆ ਮੈਂ ਕਿੱਥੋਂ ਆਈ ਆ ਹੈਨਾ ਮੈਂ ਤੁਹਾਨੂੰ ਮੋਗੇ ਵੀ ਲੈ ਕੇ ਜਾਊਂਗੀ ਤਾਂ ਇਹ ਪ੍ਰਿਪੇਅਰ ਕਰਨਾ ਐਗਜ਼ਾਮ ਬਸ ਤੇ ਪਹਿਲਾਂ ਪ੍ਰਿਪੇਅਰ ਕਰਨਾ ਪੈਂਦਾ ਨਾ ਆਪਾਂ ਕੀ ਬੋਲਦੇ ਆਵਾ ਤਵਾ ਭੁੱਲੀ ਨਹੀਂ ਉਹ ਤਾਂ ਨਹੀਂ ਰੈਗ ਐਗਜ਼ਾਮ ਹੁਣ ਅੱਛਾ ਹੁਣ ਜਿਵੇਂ ਕਹਾ ਫੇਰ ਮੇਰਾ ਇੰਟਰਵਿਊ ਲੈਣਾ ਬੰਦ ਕਰ ਦੇਗੀ ਭੱਜਦਾ ਬੰਦਾ ਬਾਹਰ ਨੂੰ ਹੁਣੇ ਜਾਣਾ ਅੰਦਰ ਹੁੰਦਾ ਹੈ ਤੇ ਬਾਹਰ ਨੂੰ ਭੱਜਦਾ ਹੈ ਸਸ਼ੀਕਲ ਜੀ ਲੁਧਿਆਣਾ ਲਾਈਵ ਤੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਰਸੂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਬੜੀ ਵਾਇਰਲ ਹੋਈ ਸੀਗੀ ਮੋਕਾ ਦੀ ਜਿੱਥੇ ਕਿ ਇੱਕ ਨੌਜਵਾਨ ਲੜਕੀ ਹੈ ਜੋ ਪੜੀ ਲਿਖੀ ਵੈਲਾ ਐਜੂਕੇਟਿਡ ਆ ਉਹ 4 ਸਾਲਾਂ ਤੱਕ ਉਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਰੱਖਿਆ ਜਾਂਦਾ ਹੈ ਉਸ ਵੀਡੀਓ ਬੜੀ ਵਾਇਰਲ ਹੁੰਦੀ ਹੈ ਕਾਰਨਾਂ ਦਾ ਕੀ ਸੀਗਾ ਫਿਲਹਾਲ ਪਤਾ ਹਲੇ ਤੱਕ ਨਹੀਂ ਚੱਲ ਸਕੇ ਕਿ ਆਖਰਕਾਰ ਉਸ ਨੂੰ 4 ਸਾਲ ਤੱਕ ਇੱਕ ਕਮਰੇ ਦੇ ਵਿੱਚ ਬੰਦ ਕਿਉਂ ਰੱਖਿਆ ਗਿਆ ਸੀ ਉਸ ਦੇ ਪਰਿਵਾਰ ਦੇ ਵਿੱਚ ਕੌਣ ਸੀ ਕੌਣ ਨਹੀਂ ਤਾਂ ਤੁਹਾਨੂੰ ਦੱਸਦੀ ਕਿ ਉਸ ਨੂੰ ਲੁਧਿਆੜਾ ਦੇ ਆਸ਼ਰਮ ਹੈ ਜੋ ਮਾਵਾ ਦਾ ਆਸ਼ਰਮ ਉਸ ਦੇ ਵਿੱਚ ਲਿਆਂਦਾ ਗਿਆ ਹੈ ਤੁਹਾਨੂੰ ਉਸ ਲੜਕੀ ਨਾਲ ਵੀ ਮਲਵਾਵਾਂਗੇ ਉਸਦੀ ਹਾਲਤ ਕੀ ਆ ਉਹ ਵੀ ਦਿਖਾਵਾਂਗੇ ਪਰ ਪਹਿਲਾਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਉਸਦੀ ਅਜਿਹੀ ਹਾਲਤ ਕਿਉਂ ਹੈ ਉਹਨੂੰ ਕਿਹੜੇ ਹਾਲਾਤਾਂ ਦੇ ਵਿੱਚ ਇਸ ਆਸ਼ਰਮ ਦੇ ਵਿੱਚ ਲੈ ਕੇ ਆਏ ਸੀ ਆਖਰ ਉਸਦੇ ਨਾਲ ਹੋਇਆ ਕੀ ਸੀ ਸੋ ਮੈਮ ਅਸੀਂ ਜਾਣਨਾ ਚਾਹਾਂਗੇ ਇਹ ਲੜਕੀ ਜੋ ਮੋਗਾ ਦੇ ਵਿੱਚ ਰਹਿੰਦੀ ਸੀ 4 ਸਾਲ ਤੱਕ ਆਖਰਕਾਰ ਇੱਕ ਕਮਰੇ ਦੇ ਵਿੱਚ ਬੰਦ ਰਹੀ ਕਿਵੇਂ ਜ਼ਿੰਦਾ ਰਹੀ ਐਕਚੁਅਲੀ ਜਾਜੋ ਮਤਲਬ ਜਿਆਦਾ ਨਹੀਂ ਜਾਣਕਾਰੀ ਸਾਨੂੰ ਹੈ ਕਿਉਂਕਿ ਮੋਗਾ ਦੇ ਵਿੱਚ ਇੱਕ ਐਨਜੀਓ ਹੈ ਇੱਕ ਜੋਤ ਉਹਨਾਂ ਨੂੰ ਕੁਝ ਮਤਲਬ ਉਹਨਾਂ ਦੇ ਮਹੱਲੇ ਦੇ ਲੋਕਾਂ ਨੇ ਸੰਪਰਕ ਕੀਤਾ ਦੱਸਿਆ ਇਸ ਲੜਕੀ ਦੀ ਹਾਲਤ ਦੇ ਬਾਰੇ ਦੇ ਵਿੱਚ ਮਤਲਬ ਕਾਫੀ ਬੁਰੀ ਹਾਲਤ ਸੀ ਜਿਸ ਕਮਰੇ ਸੀ ਉੱਥੇ ਗੰਦਗੀ ਮਤਲਬ ਕੋਈ ਅਰੇਂਜਮੈਂਟ ਨਹੀਂ ਸੀ ਔਰ ਦੱਸਦੇ ਹੋਏ ਸ਼ਰਮ ਵੀ ਆ ਰਹੀ ਹੈ ਮਤਲਬ ਜਦੋਂ ਉਹਨਾਂ ਨੇ ਫਸਟ ਟਾਈਮ ਉਹ ਦੇਖਣਗੇ ਤਾਂ ਇਹ ਦੇ ਕੱਪੜੇ ਵੀ ਸਰੀਰ ਦੇ ਉੱਤੇ ਨਹੀਂ ਸਿਪਾਏ ਹੋਏ ਬਿਲਕੁਲ ਹੀ ਮਤਲਬ ਕੋਈ ਵੀ ਕੱਪੜਾ ਨਹੀਂ ਸੀ ਹੈ ਮਤਲਬ ਰੂਮ ਬੰਦ ਸੀਗਾ ਤਾਂ ਉਹਨਾਂ ਨੇ ਫਿਰ ਮਹੱਲੇ ਦੀਆਂ ਕੁਝ ਲੜਕੀਆਂ ਇਸ ਨੂੰ ਨਾਲ ਲੈ ਕੇ ਇਹਨੂੰ ਕਵਰ ਕੀਤਾ ਫਿਰ ਇਹਦੇ ਨਾਲ ਗੱਲਬਾਤ ਕੀਤੀ ਇਹਦੇ ਜਿਹੜੇ ਬਰਦਰ ਹੈ ਗਿਆ ਮਤਲਬ ਜਿਹਨਾਂ ਦੇ ਨਾਲ ਹੀ ਰਹਿ ਰਹੀ ਸੀ ਉਹ ਨਹੀਂ ਸੀ ਇਹਨੂੰ ਮਤਲਬ ਇਹਦੇ ਨਾਲ ਗੱਲਬਾਤ ਕਰਨ ਦੇ ਰਿਹਾ ਜਾਂ ਵੀਡੀਓ ਕਵਰ ਕਰਨੀ ਸੀ ਦੇ ਰਿਹਾ ਤਾਂ ਉਹਨਾਂ ਨੇ ਉਹਨੂੰ ਕਾਫੀ ਮਤਲਬ ਕੋਸ਼ਿਸ਼ ਕੀਤੀ ਪੁੱਛਣ ਦੀ ਵੀ ਕਿਉਂ ਇਹਨਾਂ ਦੀ ਹਾਲਤ ਇਦਾਂ ਦੀ ਤੇ ਭਰਾ ਘਰ ਦੇ ਵਿੱਚ ਸੀਗਾ ਇਹਦਾ ਭਰਾ ਪਰਚਾਈ ਤੁਹਾਨੂੰ ਜੀ ਜੀ ਬਿਲਕੁਲ ਤੇ ਉਹਨਾਂ ਨੇ ਕਮਰੇ ਦੇ ਵਿੱਚ ਬੰਦ ਕੀਤਾ ਹਾਂਜੀ ਉਹ ਕਹਿੰਦੇ ਜੀ ਇਹ ਸਾਡੇ ਤੋਂ ਕਾਬੂ ਨਹੀਂ ਆਉਂਦੀ ਹੈ ਮੈਡੀ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਇਲਾਜ ਕਿਉਂ ਨਹੀਂ ਕਰਾਉਂਦੇ ਅਗਰ ਕਿਸੇ ਨੂੰ ਕੋਈ ਬਿਮਾਰੀ ਹੋ ਸਕਦੀ ਹੈ ਇਹਨੂੰ ਕੋਈ ਸਦਮਾ ਲੱਗਿਆ ਦੀ ਹਾਲਤ ਇਦਾਂ ਦੀ ਹੋ ਗਈ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਹਰ ਤਰ੍ਹਾਂ ਦੀ ਜਮੇ ਬਿ ਉਹ ਕਹਿੰਦੇ ਜੀ ਇਹ ਸਾਡੇ ਕਾਬੂ 'ਚ ਨਹੀਂ ਆਉਂਦੀ ਇਹ ਮੈਡੀਸਿਨ ਨਹੀਂ ਲੈਂਦੀ ਮਤਲਬ ਇਦਾਂ ਦੀ ਲਾਪਰਵਾਹੀਆਂ ਵਾਲੇ ਜਵਾਬ ਕੀ ਪ੍ਰੋਬਲਮ ਕੀ ਹੈ ਮਤਲਬ ਕੀ ਪ੍ਰੋਬਲਮ ਹੈ ਇਸ ਲੜਕੀ ਨੂੰ ਕੋਈ ਮੈਂਟਲੀ ਜਾਂ ਫਿਰ ਕੋਈ ਹੋਰ ਫਿਜ਼ੀਕਲੀ ਕੋਈ ਪ੍ਰੋਬਲਮ ਐਕਚੁਅਲੀ ਉਹ ਤਾਂ ਮਤਲਬ ਹਲੇ ਇਦਾਂ ਤਾਂ ਗੱਲਬਾਤ ਹੋ ਨਹੀਂ ਪਾਰੀ ਔਰ ਇਹ ਜਿਹੜਾ ਇਹਦਾ ਪੂਰਾ ਪਰਿਵਾਰ ਹੀ ਹੈ ਨਾ ਜਿੱਦਾਂ ਇਹਦਾ ਭਰਾ ਪਰ ਜਾਈ ਉਹ ਵੀ ਸਾਰੇ ਮਹੱਲੇ ਦੇ ਨਾਲ ਕੱਟ ਆਫ ਸੀਗੇ ਮਤਲਬ ਕਿਸੇ ਦਿਨ ਆਲੇ ਇਹਨਾਂ ਦਾ ਜ਼ਿਆਦਾ ਜਾਣਾ ਆਉਣਾ ਨਹੀਂ ਕਿਸੇ ਦਾ ਹੋਰ ਇਨਵੋਲਵਮੈਂਟ ਨਹੀਂ ਤੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਕਿਸੇ ਨੂੰ ਪਰ ਜੋ ਵੀ ਮਹੱਲੇ ਵਾਲਿਆਂ ਨੇ ਜਾਣਕਾਰੀ ਦਿੱਤੀ ਉਹ ਇਹ ਆ ਵੀ ਹਾਈਲੀ ਐਜੂਕੇਟਿਡ ਪਰਸਨ ਹੈਗੀ ਆ ਕੁਆਲੀਫਾਈਡ ਆ ਡਬਲ ਐਮਏ ਹੈ ਇਹ ਔਰ ਇਹਦੇ ਪੇਰੈਂਟਸ ਦੀ ਡੈਥ ਹੋ ਗਈ ਇੱਕ ਬ੍ਰਦਰ ਦੀ ਡੈਥ ਹੋ ਗਈ ਸ਼ਾਇਦ ਉਹ ਸਦਮਾ ਜਾਂ ਕੋਈ ਹੋਰ ਹਰਸਾ ਵਾਪਰਿਆ ਇਹਦੇ ਬਾਰੇ ਵਿੱਚ ਕੋਈ ਸ਼ੋਰ ਨਹੀਂ ਹੈਗਾ ਪਰ ਤੂੰ ਤਾਂ ਇਹ ਲੜਕੀ ਠਹਿਰਾ ਰਹੀ ਹੈ ਸਾਡੇ ਕੋਲੇ ਪਿਛਲੇ ਜਦੋਂ ਅਸੀਂ ਇਹਨੂੰ ਰੈਸਕਿਊ ਕਰਕੇ ਲੈ ਕੇ ਆਂਦਾ ਉਦੋਂ ਤੋਂ ਹੈਗੀ ਹੈ ਔਰ ਡੇ ਟੂ ਡੇ ਰਿਕਵਰ ਕਰ ਰਹੀ ਹੈ ਪਹਿਲਾਂ ਨਾਲੋਂ ਹਾਲਤ ਕਾਫੀ ਅੱਛੀ ਹੈਗੀ ਹੈ ਹਾਂ ਜੀ ਸੀਗੀ ਕੀ ਤੂੰ ਕੋਣ ਹੋ ਤੁਸੀਂ ਮੈਨੂੰ ਪਛਾਣਦੇ ਨਹੀਂ ਉਹ ਤਾਂ ਠੀਕ ਹੈ ਜੋ ਤੁਸੀਂ ਸਮਝੀ ਬੈਠੀ ਹੈ ਨਾ ਮੇਰੇ ਤੋਂ ਤੁਹਾਨੂੰ ਮਿਲ ਜੂਗਾ ਉਹ ਗੱਲਾਂ ਦਾ ਦਿਮਾਗ ਚੋਂ ਕੱਢ ਦਿਓ ਕੀ ਮੈਨੂੰ ਕੁਝ ਵੀ ਨਹੀਂ ਕੀ ਭੇੜ ਚਾਲ ਕੱਢ ਦੇ ਭੇੜ ਚਾਲ ਮੈਂ ਤਾਂ ਮੈਂ ਤਾਂ ਦੋਸਤਾਂ ਤੋ ਛੱਡ ਦਿਓ ਯਾਰ ਹੁਣ ਇਹ ਗੱਲਾਂ ਛੱਡ ਦਿਓ ਕਿੱਦਾਂ ਹਾਲਤ ਕਿਦਾਂ ਐ ਹੁਣ ਇਹਨਾਂ ਦੀ ਹੁਣ ਪਹਿਲਾਂ ਨਾਲੋਂ ਬਹੁਤ ਅੱਛੀ ਆ ਮਤਲਬ ਰਿਕਵਰ ਕਰ ਰਹੀ ਆ ਗੱਲਬਾਤ ਕਰ ਰਹੀ ਆ ਨੋਰਮਲ ਹੋ ਰਹੀ ਆ ਪਰ ਇਹਦੇ ਚ ਇੱਕ ਸਮੱਸਿਆ ਜ਼ਰੂਰ ਆ ਰਹੀ ਆ ਮਤਲਬ ਜਿੰਨਾ ਕਾਸੀਨ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਮਾਤਾ ਮਾਂ ਦੀ ਕਿਰਪਾ ਦੇ ਨਾਲ ਔਰ ਮੈਡੀਸਨ ਦੇ ਨਾਲ ਹੀ ਕਿਉਰ ਹੋ ਰਹੀ ਆ ਤਾਂ ਉਹ ਇੱਕ ਸਮੱਸਿਆ ਆ ਇਹ ਇਹਦੇ ਇਨ ਦਾ ਮੇਨ ਟਾਈਮ ਇਹਦੇ ਬ੍ਰਦਰ ਭਾਬੀ 2-3 ਵਾਰੀ ਆਏ ਤਾਂ ਜਿਵੇਂ ਕਿਸੇ ਨੂੰ ਦੇਖ ਕੇ ਕੋਈ ਜ਼ਖਮ ਨਹੀਂ ਤਾਜਾ ਹੋ ਜਾਂਦਾ ਤਾਂ ਇਹ ਫੇਰ ਰੈਗਰੈਸ਼ਨ ਚ ਆ ਜਾਂਦੀ ਆ ਫੇਰ ਅਗਰੈਸਿਵ ਹੁੰਦੀ ਆ ਕਾਫੀ ਜਦੋਂ ਦੇ ਭਰਾ ਤੇ ਭਾਬੀ ਮਿਲਣਾਂ ਤੇ ਕੀ ਕਰਦੀ ਆ ਮਤਲਬ ਉਹਨਾਂ ਦੇ ਨਾਲ ਮਾਰ ਕੁੱਟਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਦੇ ਉਹਨਾਂ ਨੂੰ ਗਾਲੀ ਗਲੋਚ ਕਰਦੀ ਆ ਮ ਜਾਣੋ ਨੇ ਸਾਡੇ ਕੋਲੇ ਹੈਗੀਆ ਸੈਕਿੰਡ ਡੇ ਤੋਂ ਇਹਨੇ ਕਦੇ ਕੋਈ ਮਤਲਬ ਮਾੜਾ ਲੱਭ ਜਣੀ ਯੂਜ਼ ਕੀਤਾ ਕਦੇ ਕੋਈ ਮਤਲਬ ਹਾਰਡ ਲੈਂਗੁਏਜ ਨਹੀਂ ਯੂਜ਼ ਕੀਤੀ ਉਦਾਂ ਦੀ ਰਿਵਿਊਜ਼ ਲੈਂਗੁਏਜ ਨਹੀਂ ਇਹਨੇ ਕੋਈ ਵੀ ਯੂਜ਼ ਕੀਤੀ ਕਿਸੇ ਦੇ ਨਾਲ ਇਹਨੇ ਹੱਥ ਨਹੀਂ ਚੱਕਿਆ ਇਹ ਬਜ਼ੁਰਗ ਮਾਵਾ ਇੱਥੇ ਬੜੀਆਂ ਕਮਜ਼ੋਰ ਕਮਜ਼ੋਰ ਵੀ ਹੈ ਤੇ ਕਦੇ ਇਦਾਂ ਦੀ ਬਦਤਮੀਜ਼ੀ ਨਹੀਂ ਕੀਤੀ ਪਰ ਜਦੋਂ ਉਹ ਆਉਂਦਾ ਬ੍ਰਦਰ ਆਉਂਦਾ ਉਹਦੇ ਨਾਲ ਇਦਾਂ ਕਰਦੀ ਆ ਉਹ ਕਿਉਂ ਕਰਦੀ ਆ ਉਹ ਨਹੀਂ ਸਮਝ ਆਇਆ ਹਲੇ ਤੱਕ ਕਦੇ ਭਰਾ ਵੱਲੋਂ ਤੁਹਾਨੂੰ ਤੁਸੀਂ ਪੁੱਛਿਆ ਹਣਾ ਭਰਾ ਦੇ ਕੋਲ ਉਹਨੇ ਨਹੀਂ ਦੱਸਿਆ ਕਿ ਆਖਿਰਜਾ ਕੀ ਕਾਰਨ ਸੀ ਕਿ 4 ਸਾਲ ਤੱਕ ਉਸਨੇ ਆਪਣੀ ਭੈਣ ਨੂੰ ਇੱਕ ਕਮਰੇ ਦੇ ਵਿੱਚ ਬੰਦ ਰੱਖਿਆ ਉਹ ਕਹਿੰਦਾ ਜੀ ਮੈਂ ਦਾ ਇਲਾਜ ਬਹੁਤ ਕਰਾਇਆ ਨਹੀਂ ਨਹੀਂ ਠੀਕ ਹੋਈ ਤਾਂ ਮੈਂ ਕੀ ਕਰ ਸਕਦਾ ਇਲਾਜ ਮਤਲਬ ਪ੍ਰੋਬਲਮ ਕੀ ਸੀਗੀ ਇਲਾਜ ਦੀ ਕੀ ਲੋੜ ਸੀ ਅਜਿਹਾ ਕੀ ਹੋਇਆ ਸੀ ਉਹ ਦੋ ਤਿੰਨ ਚੀਜ਼ਾਂ ਮਤਲਬ ਮਿਕਸ ਮੈਚ ਜੀਆਂ ਕਰ ਦਿੰਦਾ ਐਕਚੁਅਲ ਦੇ ਵਿੱਚ ਮੈਨੂੰ ਉਸ ਪਰਸਨ ਦੀ ਵੀ ਸਮਝ ਨਹੀਂ ਆ ਰਹੀ ਉਹ ਕਿੱਦਾਂ ਦਾ ਹੈਗਾ ਕਿਉਂਕਿ ਉਹਦੀਆਂ ਗੱਲਾਂ ਥੋੜੀਆਂ ਜਿਹੀ ਆਮ ਇਨਸਾਨ ਨਾਲੋਂ ਹਟਕੇ ਆ ਤੇ ਕਦੇ-ਕਦੇ ਕਹਿੰਦੀ ਹੈ ਸ਼ਾਇਦ ਉਹ ਜੂਆ ਖੇਡਦਾ ਸੀਗਾ ਉਹਦੇ ਨਾਲ ਉਹ ਹਾਰ ਗਿਆ ਸਭ ਕੁਝ ਤਾਂ ਜੇ ਉਹਨੂੰ ਤੁਸੀਂ ਪੁੱਛੋ ਵੀ ਤੁਹਾਡੇ ਕੰਮ ਕਰ ਕੀ ਹੈ ਤਾਂ ਉਹ ਕਹਿੰਦਾ ਮੇਰੇ ਬਹੁਤ ਕੰਮ ਕਾਰਾ ਮੈਂ ਮਤਲਬ ਆਪਣੇ ਆਪ ਨੂੰ ਬੜੀ ਵੱਡੀ ਹਸਤੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਅਸੀਂ ਇਹਨੂੰ ਲੈਣ ਵੀ ਗਏ ਸੀ ਉਦੋਂ ਵੀ ਕਹਿੰਦਾ ਸੀ ਫਲਾਣੇ ਫਲਾਣੇ ਪੋਲੀਟੀਸ਼ੀਅਨ ਨਾਲ ਮੇਰੇ ਸਬੰਧ ਹੈਗੇ ਤੇ ਮੈਂ ਕਿ ਭਰਾਵਾ ਮੈਂ ਕੀ ਲੈਣਾ ਹੈਗਾ ਤ ਦੀ ਹਸਤੀ ਹੈ ਤਾਂ ਆਪਣੀ ਭੈਣ ਨੂੰ 4 ਸਾਲ ਤੱਕ ਇੱਕ ਕਮਰੇ ਦੇ ਵਿੱਚ ਕਾਤੇ ਫਿਰ ਬੰਦ ਰੱਖਿਆ ਉਹ ਵੀ ਔਰ ਜਿਸ ਕਮਰੇ ਚ ਬੰਦ ਰੱਖਿਆ ਉਸ ਕਮਰੇ ਦੀ ਹਾਲਤ ਵੀ ਬਹੁਤ ਹੀ ਬਦਤਰ ਸੀ ਮਤਲਬ ਉੱਥੇ ਕੋਈ ਬੈੱਡ ਕੋਈ ਮੰਜਾ ਪ੍ਰੋਪਰ ਨਹੀਂ ਸੀ ਹੈਗਾ ਕੋਈ ਟਾਇਲਟ ਬਾਥਰੂਮ ਨਹੀਂ ਸੀ ਹੈਗਾ ਤੁਸੀਂ ਮਤਲਬ ਮੈਂ ਜਦੋਂ ਤੁਹਾਨੂੰ ਜ਼ਿਕਰ ਕੀਤਾ ਵੀ ਇਹਦੇ ਕੱਪੜੇ ਔਰ ਜਿਸ ਦਿਨ ਅਸੀਂ ਇਹਨੂੰ ਲੈਣ ਗਏ ਆ ਉਸ ਐਨਜੀਓ ਦੀ ਮਦਦ ਦੇ ਨਾਲ ਉਸ ਦਿਨ ਵੀ ਲੋਅਰ ਬਾਡੀ ਤੇ ਇਹਦੇ ਕੋਈ ਕੱਪੜਾ ਨਹੀਂ ਸੀ ਹੈਗਾ ਮਤਲਬ ਸਾਨੂੰ ਪਹਿਲਾਂ ਸਾਰਿਆਂ ਨੂੰ ਸਾਈਡ ਦੇ ਉੱਤੇ ਕਰਕੇ ਮੈਨੂੰ ਕੁਝ ਲੇਡੀਜ਼ ਦੀ ਮਦਦ ਦੇ ਨਾਲ ਇਹਨੂੰ ਕਵਰ ਕਰਨਾ ਪਿਆ ਇਦਾਂ ਦੀ ਹਾਲਤ ਸੀਗੀ ਔਰ ਇਹ ਬਹੁਤ ਹੀ ਐਗਰੈਸ਼ਨ ਚ ਸੀਗੀ ਮਤਲਬ ਇਹ ਨਾ ਇੱਕ ਫੈਕਟ ਹੈਗਾ ਵੀ ਜਿਹੜੇ ਵੀ ਬੰਦਾ ਥੋੜਾ ਮ ਉਦੋਂ ਜਿਹੜੀ ਫਿਜ਼ੀਕਲੀ ਜ਼ੋਰ ਬਹੁਤ ਹੋ ਜਾ ਰਹਾ ਹੁੰਦਾ ਤੇ ਇਹ ਜਲਦੀ ਕਿਤੇ ਨੇੜੇ ਵੀ ਨਹੀਂ ਸੀ ਲੱਗਣ ਨੂੰ ਦੇਰੀ ਕਿਸੇ ਨੂੰ ਪਰ ਹੁਣ ਨਾਰਮਲ ਹੈਗੀ ਹੈ ਪਹਿਲਾਂ ਨਾਲੋਂ ਬਹੁਤ ਠੀਕ ਹੈ ਜਿਵੇਂ ਤੁਸੀਂ ਕਹਿ ਰਹੇ ਉਸ ਟਾਈਮ ਇਹ ਬਹੁਤ ਜ਼ਿਆਦਾ ਗਰੈਸ਼ਨ ਦੇ ਵਿੱਚ ਸੀਗੇ ਜਦੋਂ ਤੁਸੀਂ ਇੱਥੇ ਲੈ ਕੇ ਆਏ ਕਈ ਵਾਰ ਕੁਝ ਇਹਦੇ ਵੱਲੋਂ ਕੁਝ ਕੀਤਾ ਗਿਆ ਹੋਵੇ ਕਿਸੇ ਨੂੰ ਹਾਰਮ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜਿੰਨੀ دیر ਤੱਕ ਇਹ ਘਰ 'ਚ ਸੀ ਮਤਲਬ ਅਸੀਂ ਘਰ ਤੋਂ ਇਹਨੂੰ ਗੱਡੀ 'ਚ ਬਿਠਾਇਆ ਥੋੜੀ ਦੇਰ ਤੱਕ ਆਏ ਉਹ ਉਸ ਟਾਈਮ ਤੱਕ ਕੋ ਸੀ ਉਹਦੇ ਬਾਅਦ ਬਿਲਕੁਲ ਠੀਕ ਹੋ ਗਿਆ ਤੁਸੀਂ ਕਿਆ ਕਹਿ ਰਹੇ ਹੋ ਭਰਾ ਜਦੋਂ ਵੀ ਮਿਲਨ ਆਉਂਦਾ ਬਹੁਤ ਜ਼ਿਆਦਾ ਹਾਈਪਰ ਹੋ ਜਾਂਦੀ ਹੈ ਐਗਰੈਸ਼ਨ ਦੇ ਵਿੱਚ ਆ ਜਾਂਦੀ ਹੈ ਤੇ ਜਿਵੇਂ ਹੋਰ ਵੀ ਬੇਬੇ ਇੱਥੇ ਨੇ ਕਦੇ ਕਿਸੇ ਨੂੰ ਨੁਕਸਾਨ ਤਾਂ ਨਹੀਂ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਔਰ ਇਵਨ ਇਹ ਮੈਂ ਇਹ ਵੀ ਨੋਟ ਕੀਤਾ ਕੋਈ ਇਤਨਾ ਦੁੱਖ ਨਹੀਂ ਕੋਈ ਇਸ ਕੋ ਦਿੱਤਾ ਤਾਂ ਬਲੱਡ ਪ੍ਰੈਸ਼ਰ ਨਹੀਂ ਹੈ ਮੇਰੇ ਕਿਸ ਕੋ ਦੀਦੀ ਆਪ ਵੀ ਚਲੋ ਆਪ ਛੋੜ ਕੇ ਆਓ ਆਪ ਛੋੜ ਕੇ ਆਓ ਚਾਬੀ ਦੇ ਦਿਓ ਕਿਹੜਾ ਜਾਣਾ ਹੈ ਘਰ ਆਪਣੇ ਘਰ ਜਾਣਾ ਹੈ ਹਾਂ ਕਿਸ ਕੇ ਪਾਸ ਜਾਣਾ ਹੈ ਅਬ ਨਹੀਂ ਆਤੀ ਮੈਂ ਆਪਕੇ ਘਰ मेरे घर आओगे नहीं अच्छा नहीं। जाना किसके घर जाना आपको मम्मी डैडी वड्डा वीर जी वड्डे वीर जी मैं ते भाभी छे जाने मम्मी पापा तो है नहीं मम्मी पापा ही है किथे ने मम्मी पापा अच्छा आओ कोई आप बैठ आप के गल्ला करिए आपा आपा हुन तो तो आप वीडियो क्या हेल्प लान? करना चाहते हो मेरी क्या हेल्प आपको चाहिए हेल्प चाहिए कोई नहीं फिर आप एक मिनट को चाबी है तो कोई हेल्प नहीं चाहिए आपको कोई हेल्प? अच्छा आपको याद है आप कहाँ कहाँ से आए कहाँ से हो आप? हम्म हर बार ऐसे ही होता है कि कौन? हर बार ऐसे ही होता है कि ये मेरी उंगली पकड़ के नहीं चलते सारे यानी तो वो तो वो छुट्टे गया अमृतसर छूट अंब्रिस सर छुट्टे गया। कौन छुट्टे गया? इम्पी आ चाबी ਕਿੱਦਾਂ ਦੀ ਹਾਲਤ ਕਿਦਾਂ ਦੀ ਲਾਈਕ ਜਦੋਂ ਤੁਸੀਂ ਇੱਥੇ ਲੈ ਕੇ ਆਏ ਹੋਗੇ ਡਾਕਟਰਸ ਨੂੰ ਦਿਖਾਇਆ ਹੋਵੇਗਾ ਤਾਂ ਡਾਕਟਰਸ ਨੇ ਕੀ ਕਿਹਾ ਇਹਨਾਂ ਬਾਰੇ ਦੇਖੋ ਉਹਨਾਂ ਦੀ ਵੀ ਸਮਝ ਜਿੱਥੇ ਤੱਕ ਆਉਂਦਾ ਉਹ ਇਹ ਹੀ ਹੈਗਾ ਵੀ ਇਹਦੇ ਨਾਲ ਕੋਈ ਨਾ ਕੋਈ ਹਾਦਸਾ ਵਾਪਰਿਆ ਕਿਸੇ ਸਦਮੇ ਦੇ ਵਿੱਚ ਉਹਦੀ ਹਾਲਤ ਐਦਾਂ ਦੀ ਅਸੀਂ ਡਾਕਟਰ ਨੂੰ ਨਹੀਂ ਦਿਖਾਇਆਗਾ ਡਾਕਟਰ ਨੂੰ ਦਿਖਾਇਆ ਨਹੀਂ ਕਿਉਂ ਨਹੀਂ ਦਿਖਾਇਆ ਕਿਉਂਕਿ ਸਾਨੂੰ ਕਿਉਂਕਿ ਸਾਨੂੰ ਪਤਾ ਹੀ ਹੈ ਨਹੀਂ ਠੀਕ ਹੋਣਾ ਇਹ ਨਹੀਂ ਠੀਕ ਹੋਣਾ ਠੀਕ ਕਿਉਂ ਨਹੀਂ ਹੋਣਾ ਕਿਤਾਬਾਂ ਚ ਲਿਖੀਆਂ ਗੱਲਾਂ ਟੀਵੀ ਚ ਕੀ ਸਾਰੇ ਟੀਵੀ ਹੈਗਾ ਨਾ ਟੀਵੀ ਟੀਵੀ ਚੋਂ ਪਤਾ ਲੱਗ ਜਾਂਦਾ ਨਾ ਕਿ ਜਿਆਨੀ ਆਂਦਾ ਜਿਆਨੀ ਆਂਦਾ ਕਿ ਪੇੜਨ ਔਖਾ ਸੀ ਆਹੋਂ ਦੀ ਵੀ ਉਮਰ ਨੰਗ ਗਈ ਉਹ ਵੀ ਵਿਦਾ ਹੋਣ ਵਾਲਾ ਮੈਂ ਨਾ ਵਿਦਾ ਹੋਊਂਗੀ ਗੱਲਾਂ ਸਭ ਸਮਝ ਰਹੀ ਐ ਮੈਂ ਕੁਐਸਚਨ ਤੁਹਾਡੇ ਤੋਂ ਕਰ ਰਹੀ ਆ ਉਹਨੂੰ ਸਮਝ ਆ ਰਿਹਾ ਤੇ ਉਸਦਾ ਜਵਾਬ ਦੇਣ ਆਂਦੀ ਐ ਨਹੀਂ ਕੀ ਨਹੀਂ ਜੁੜਦੇ ਪਈਂ ਨਹੀਂ ਆਂ ਤੂੰ ਮੇਰੇ ਨਾਲ ਜੁੜਦੀ ਨਹੀਂ ਪਈਂ ਜੀ ਤੂੰ ਕੋ ਜੁੜਦੀ ਨਹੀਂ ਪਈ ਇਹ ਅਸਾਂ ਪਾ ਦੋਸਤ ਨਹੀਂ ਹੈਗੇ ਅਪਾ ਦੋਸਤ ਨਹੀਂ ਹੈਗੇ ਹੈਨਾ ਦੋਸਤ ਆ ਨਾ ਆਪਾਂ ਅਪਾ ਤਾਂ ਗੱਲ ਕਰ ਰਹੇ ਆਂ ਆ ਦੋਸਤਾਂ ਨਾਲ ਗੱਲ ਕਰੀਦੀ ਹੁੰਦੀ ਆ ਨਾ ਦੋਸਤ ਨਹੀਂ ਕਰਨੀ ਮੈਂ ਦੋਸਤੀ ਨਹੀਂ ਕਰਨੀਗੀ ਪਾਲੀ ਕਰਨੀ ਦੋਸਤੀ ਕਰਨ ਤੋਂ ਮਨ ਆਗੀਤਾਵਾ ਉਹ ਕੋਣ ਨੇ ਕਿਹਨਾਂ ਦਾ ਨਾਮ ਲੈ ਰਹੀ ਹੈ ਪਤਾ ਨਹੀਂ ਬੜੇ سارے ਲੋਕਾਂ ਦੇ ਨਾਮ ਲੈਂਦੀ ਹੈ ਜੀ ਮਤਲਬ ਜਦੋਂ ਵੀ ਗੱਲ ਬਕਰ ਤੁਸੀਂ ਪੁੱਛਦੇ ਹੋ ਤਾਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਟ੍ਰੇਜੇਡੀ ਹੋਈ ਨਹੀਂ ਮੈਂ ਫੋਰਸਫੁਲੀ ਨਹੀਂ ਪੁੱਛਣ ਦੀ ਕੋਸ਼ਿਸ਼ ਕਰਦੀ ਕਿਉਂਕਿ ਮੈਨੂੰ ਲੱਗਦਾ ਇਹਨੂੰ ਨਾਰਮਲ ਹੋਣ ਨੂੰ ਟਾਈਮ ਨਾਮ 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 ਤਾਂ ਕਰਕੇ ਤੁਹਾਨੂੰ ਤਾਂ ਹੀ ਗੁੱਸਾ ਚੜਦਾ ਐ ਅਸੀਂ ਤੁਹਾਡੇ ਨਾਲ ਸਾਨੂੰ ਵੀ ਗੁੱਸਾ ਚੜਦਾ ਜੀ ਸਾਨੂੰ ਵੀ ਗੁੱਸਾ ਆਉਂਦਾ ਜੀ ਸਾਡੇ ਵੀ ਚੀਕਾਂ ਵੱਜਦੀਆਂ ਜੀ ਸਾਡੇ ਵੀ ਚੀਕਾਂ ਵੱਜਦੀਆਂ ਹੋਇਆ ਕੀ ਸੀਗਾ ਹੋਇਆ ਚੀਕ ਵੱਜੀ ਸੀ ਸੁੱਤੀ ਪਈ ਦੇ ਚੀਕਾਂ ਵੱਜੀ ਅੰਦਰ ਹੀ ਅੰਦਰ ਦਫਨ ਜੰਦੀਆਂ ਨੇ ਤੇ ਤੁਸੀਂ ਸਨ ਕੇ ਕੀ ਲੈਣਾ ਜੇ ਸਿੱਕਾ ਮੈਨੂੰ ਸੁਣਨ ਗਿਆ ਮੈਂ ਆਪ ਦੀ ਹਲਪ ਮੈਂ ਤੁਹਾਡੇ ਸਿਰ ਤੇ ਥੋੜਾ ਠੀਕ ਹੋਣਾ ਤੇ ਤੂੰ ਆਪਦੇ ਸਾਰੇ ਹੰਗ ਮੇਰੇ ਵਿੱਚ ਪਵਾ ਦੇ ਤਾਂ ਮੈਂ ਠੀਕ ਹੋ ਜੰਗੀ ਕੁਛ ਤਾਂ ਹੋਇਆ ਏ ਮਤਲਬ ਕੁਝ ਕਦੇ ਕੋਈ ਪਤਾ ਲੱਗਿਆ ਹੋਵੇ ਤੁਹਾਨੂੰ ਕਿ ਅਜੇ ਕੋਈ 트ੈਜੇਡੀ ਕੁਝ ਤਾਂ ਵਾਪਰਿਆ ਹੋਣਾ ਕਿਉਂਕਿ ਇੱਕ ਐਡਾ ਪੜਿਆ ਲਿਖਿਆ ਇਨਸਾਨ ਇੱਕਦਮ ਇਦਾਂ ਦਾ ਆਪਣੇ ਆਪ ਨੂੰ ਨਹੀਂ ਭੁੱਲ ਜਾਂਦਾ ਹਰੂ ਇਹ ਤਾਂ ਹੈ ਵੀ ਇਹਦੇ ਨਾਲ ਜ਼ਿੰਦਗੀ 'ਚ ਕੁਛ ਨਾ ਕੁਛ ਤਾਂ ਜ਼ਰੂਰ ਵਾਪਰਿਆ ਮਤਲਬ ਕੀ ਵਾਪਰਿਆ ਉਹਦੇ ਬਾਰੇ 'ਚ ਹਲੇ ਮਤਲਬ ਕੋਈ ਹਿੰਟ ਤੁਹਾਨੂੰ ਮਿਲੀ ਹੋਵੇ ਕੋਈ ਗੱਲਾਂ ਬਾਤਾਂ ਦੌਰਾਨ ਜਿੱਦਾਂ ਤੁਹਾਡੇ ਨਾਲ ਬਹੁਤ ਵਧੀਆ ਰਹਿੰਦੀ ਹੈ ਇਹਦਾ ਬਿਹੇਵੀਅਰ ਅੱਛਾ ਹੈ ਤਾਂ ਕੁਛ ਤਾਂ ਤੁਹਾਨੂੰ ਦੱਸਿਓ ਨਹੀਂ ਬਹੁਤ ਸਾਰੀਆਂ ਗੱਲਾਂ ਕਰਦੀ ਆ ਬਹੁਤ ਸਾਰੀਆਂ ਗੱਲਾਂ ਕਰਦੀ ਔਰ ਬੜੇ سارے ਲੋਕਾਂ ਦੇ ਨਾਮ ਲੈਂਦੀ ਹੈ ਤੇ ਜਦੋਂ ਵੀ ਇਹਦੇ ਬ੍ਰਦਰ ਭਾਬੀ ਆਉਂਦੇ ਆ ਮੈਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਆ ਜਿਹੜੇ ਨਾਮ ਲੈਂਦੀ ਹੈ ਇਹ ਲੋਕ ਕੌਣ ਆ ਤੇ ਉਹ ਕੋ ਟਾਲ ਮਟੋਲ ਕਰ ਦਿੰਦੇ ਆ ਉਹ ਕਹਿੰਦੇ ਦੀ ਸਾਡੇ ਤੇ ਘਰ ਬਹੁਤ ਲੋਕਾਂ ਦਾ ਆਣਾ ਜਾਣਾ ਸੀ ਇਸ ਅਸੀਂ ਤੇ ਮੇ ਘਰ ਦੇ ਵਿੱਚ ਕਿਉਂ ਆਉਂਦੇ ਸੀਗੇ ਲੋਕ ਪਤਾ ਨਹੀਂ ਉਹ ਸਮਝ ਨਹੀਂ ਆ ਰਿਹਾ ਮਤਲਬ ਮੱਲੇ ਵਾਲੇ ਜਿਹੜੇ ਲੋਕ ਅਗੇ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਤੋਂ ਵੀ ਇਹ ਲੋਕਾ ਟਫ ਸੀਗੇ ਕਾਫੀ ਜ਼ਿਆਦਾ ਆਸ ਪੜੋਸ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹਨਾਂ ਨੂੰ ਲੈ ਕੇ ਬਿਲਕੁਲ ਕੋਸ਼ਿਸ਼ ਕੀਤੀ ਉਹਨਾਂ ਨੇ ਇਹਦੇ ਬਾਰੇ ਚ ਦੱਸਿਆ ਵੀ ਇਹ ਬਹੁਤ ਇੰਟੈਲੀਜੈਂਟ ਸੀ ਇਹ ਟਿਊਸ਼ਨ ਵਗੈਰਾ ਵੀ ਪੜਾਉਂਦੀ ਸੀ ਡਬਲ ਐਮਏ ਇਹ ਔਰ ਇਹਦੇ ਪੜਾਏ ਹੋਏ ਬੱਚੇ ਮਤਲਬ ਫੇਲ ਨਹੀਂ ਸੀ ਹੁੰਦੇ ਬੜੀ ਮਤਲਬ ਲਾਇਕ ਲੜਕੀ ਸੀ ਤੇ ਉਹਦੇ ਇਹਦੇ ਪੇਰੈਂਟਸ ਦੀ ਡੈਥ ਦੇ ਬਾਅਦ ਹੀ ਇਹ ਹਾਲਾਤ ਇਹਦੇ ਇਦਾਂ ਦੇ ਹੋਣੇ ਸ਼ੁਰੂ ਹੋਏ ਪਰ ਜਦੋਂ ਅਸੀਂ ਜਾ ਕੇ ਥੋੜਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਮਤ ਪੰਡਿਆਂ ਨੂੰ ਜਾ ਕੇ ਮੈਂ ਲਾ ਥੋੜਾ ਜਿਹਾ ਤਮਕਾਉਂਦਿਆਂ ਵੀ ਅਗਰ ਤੁਸੀਂ ਮੇਰੇ ਬਾਰੇ ਕੁਝ ਕਿਹਾ ਤਾਂ ਮੈਂ ਸੁਸਾਈਡ ਕਰ ਲਾਂਗਾ। ਕਿਉਂ ਵਿਚਾਰੇ? ਉਦਰੀ ਇੱਦਾਂ ਕਰਦਾ। ਜੀ ਬਿਲਕੁਲ। ਔਰ ਹੁਣ ਵੀ ਜਦੋਂ ਦੀ ਸਾਡੇ ਕੋਲੇ ਆਈ ਉਹਦੀ ਇਹ ਇੱਛਾ ਨਹੀਂ ਹੈਗੀ ਜਾਣਨ ਦੀ ਵੀ ਇਹ ਠੀਕ ਹੈ। ਤਾਂ ਉਹ ਇਹ ਪੁੱਛਦਾ ਇਹਨੂੰ ਮੈਂ ਘਰ ਕਦੋਂ ਲੈ ਕੇ ਜਾਊਂਗਾ? ਤੁਸੀਂ ਇਹਨੂੰ ਦਵਾਈ ਕਿੱਦਾਂ ਦਿੰਦੇ ਹੋ? ਇਹ ਲੈ ਲੈਂਦੀ ਆ ਦਵਾਈ। ਮਤਲਬ ਉਹਦੀਆਂ ਗੱਲਾਂ ਜਿਹੜੀਆਂ ਸਾਈਕੋ ਪਰਸਨ ਵਾਲੀਆਂ ਹੁੰਦੀਆਂ ਨਾ ਕੁਝ ਓਦਾਂ ਦੀਆਂ। ਤੂੰ ਹੋਰ ਵੀ ਤੁਸੀਂ ਦੇ ਬਾਰੇ ਕੁਝ ਦੱਸ ਰਹੇ ਸੀਗੇ ਜਿਵੇਂ ਕਿ ਹੋਰ ਕਈ ਪਰਸਨਸ ਦੇ ਨਾਮ ਲੈਂਦੀ ਹੈ। ਕਈ ਵਾਰ ਇਦਾਂ ਬੋਲਿਆ ਕਿ ਮੇਰੇ ਮਤਲਬ ਮੈਂ ਪ੍ਰੈਗਨੈਂਟ ਆ ਮੈਂ ਪ੍ਰੈਗਨੈਂਟ ਆ ਮੇਰੇ ਪੇਟ ਚ ਬੱਚਾ ਜਾਂ ਪਲਵੀ ਮੈਨੂੰ ਇਦਾਂ ਕਹਿੰਦੀ ਸੀ ਜਾਂ ਆਹ ਮੈਨੂੰ ਓਦਾਂ ਕਹਿੰਦਾ ਸੀ ਮੁੱਦਕੀ ਵਾਲੇ ਸਰਦਾਰ ਘਰ ਕਿਉਂ ਆਉਂਦੇ ਸੀ ਇਹ ਸੀ ਉਹ ਮਤਲਬ ਇਦਾਂ ਨਹੀਂ ਬਹੁਤ ਸਾਰੀਆਂ ਸੱਪੜੇ ਲੈਂਦੀ ਆ ਮੈਂ ਅ ਅੱਗ ਲੱਗੀ ਸੀ ਮੈਨੂੰ ਇਦਾਂ ਦੀ ਚੀਕ ਵੱਜੀ ਸੀ ਰਾਤ ਨੂੰ ਚੀਕ ਵੱਜੀ ਸੀ ਸੁੱਤੇ ਪਏ ਮੇਰੀਆਂ ਚੀਕਾਂ ਨਿਕਲੀਆਂ ਸੀ ਕੁਝ ਇਦਾਂ ਦੀਆਂ ਗੱਲਾਂ ਮਤਲਬ ਕਰਦੀ ਆ ਮਤਲਬ ਪ੍ਰੋਪਰਲੀ ਹਜੇ ਖੁੱਲ ਕੇ ਜੋ ਹੈ ਰੀਜ਼ਨ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਹਨੂੰ ਫੋਰਸ ਕਰਨਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਸਾਨੂੰ ਇਹਨੂੰ ਟਾਈਮ ਦੇਣਾ ਚਾਹੀਦਾ ਹਾਂ ਜੀ ਜਾਰੇ ਕੋਲ ਚਾਬੀ ਆ ਗਈ ਨਾ ਆਪਾਂ ਗੱਡੀ ਤੇ ਚੱਲ ਅੱਛਾ ਕਰੇ ਕਿਦੇ ਕੋਲ ਜਾਣਾ ਹੈ ਕਰੇ ਜਾ ਕੇ ਵੇਖ ਲਿਓ ਕੀ ਕਰਨਾ ਹੈ ਅੱਛਾ ਕਰੇ ਜਾ ਕੇ ਕੀ ਕਰੋਗੇ ਮੈਂ ਸੌਂ ਜੂੰਗੀ ਔਰ ਕੀ ਰੂੰਗੀ ਸੌ ਲੰਮੀ ਲੇਟੀ ਰਹੂੰਗੀ ਇੱਥੇ ਵੀ ਤਾਂ ਸੋਣਾ ਹੈ ਇੱਥੇ ਆਰਾਮ ਕਰ ਲਓ ਠੀਕ ਹੈ ਜੀ ਅੱਛਾ ਮੇਰੀ ਗੱਲ ਸੁਣੋ ਇੱਧਰ ਆਓ ਪਤਾ ਦੋਸਤ ਆ ਨਾ ਆਪਾਂ ਦੋਸਤ ਬਣਿਆ ਹੁਣੇ ਤੁਸੀਂ ਪਛਾਣਨੇ ਆ ਮੈਂ ਕਿੱਥੋਂ ਆਈ ਆ ਹੈਨਾ ਮੈਂ ਤੁਹਾਨੂੰ ਮੋਗੇ ਵੀ ਲੈ ਕੇ ਜਾਉਂਗੀ ਤੁਹਾਡੇ ਘਰ ਲੈ ਕੇ ਜਾ ਕੇ ਇਹ ਪ੍ਰੀਪੇਅਰ ਕਰਨਾ ਐਗਜ਼ਾਮ ਵਾਸਤੇ ਪਹਿਲਾਂ ਪ੍ਰੀਪੇਅਰ ਕਰਨਾ ਪੈਂਦਾ ਨਾ ਆਪਾਂ ਕੀ ਬੋਲਦੇ ਆਵਾ ਤਵਾ ਬੁੱਲੀ ਨਹੀਂ ਆ ਉਹ ਤਾਂ ਨਹੀਂ ਰਿਹਾ ਐਗਜ਼ਾਮ ਹੋਇਆ ਕੌਣ ਕੌਣ ਆ ਤਵਾ ਕੌਣ ਬੋਲ ਰਿਹਾ ਅੱਛਾ ਐਗਜ਼ਾਮ ਨਹੀਂ ਹੁੰਦਾਗਾ 8 ਸਾਲ ਹੋ ਗਏ ਤੇ ਇੱਕ ਇੱਕ ਇਮਤਿਹਾਨ ਨਹੀਂ ਆ ਤੁਹਾਨੂੰ ਸਮਝ ਨਹੀਂ ਲੱਗਦਾ ਬੱਚੇ ਤੇ ਪੜ੍ਹਦਾ ਨਹੀਂ ਪਿਆਗਾ ਸਿਰਫ ਆਪਣਾ ਟਾਈਮ ਪਾਸ ਕਰ ਹੀ ਜਾਂਦਾ ਹੈ ਇਹ ਮਤਲਬ ਇਹ ਕੁਝ ਵੀ ਜੋ ਵੀ ਬੋਲ ਰਹੇ ਨੇ ਆਪਣੀ ਸੁਰਤ ਦੇ ਵਿੱਚ ਬੋਲ ਰਹੇ ਨੇ ਜਾਂ ਫਿਰ ਕੁਝ ਵੀ ਨਹੀਂ ਨਹੀਂ ਅੱਛਾ ਸੁਰਤ ਬਾਰੇ ਗੰਗਾ ਜਲ ਦੇ ਇਚ ਇਸ਼ਨਾਨ ਕਰਦੇ ਬਾਅਦ ਸ਼ਰਾਬ ਵੀ ਲਾਉਂਨ ਨੂੰ ਸੁਰਤ ਕਹਿੰਦੀ ਹੈ ਉਹ ਤੇਰੀ ਸੱਚੀ ਵਾਲੀ ਹੈ ਮਤਲਬ ਨਹੀਂ ਹਲੇ ਪੂਰੀ ਤਰ੍ਹਾਂ ਠੀਕ ਨਹੀਂ ਨੂੰ ਟਾਈਮ ਲੱਗ ਜਾਏਗਾ ਜੀ ਹਲੇ ਟ੍ਰੀਟਮੈਂਟ ਲਈ ਵੀ ਟਾਈਮ ਚਾਹੀਦਾ ਔਰ ਕਾਉਂਸਲਿੰਗ ਲਈ ਪਾਊਡਰ ਫਾਰਮ ਚ ਫਿਸ਼ਰ ਆਪ ਹੁੰਦੀ ਹੈ ਡਾਕਟਰਸ ਨੇ ਕੀ ਕਿਹਾ ਵਾ ਡਾਕਟਰ ਨੇ ਕੁਝ ਨਹੀਂ ਕਿਹਾ ਮੈਂ ਦੇਖੋ ਜਦੋਂ ਇਹ ਸਦਮੇ ਚ ਹੁੰਦੇ ਹਨ ਨਾ ਬਹੁਤ ਟਾਈਮ ਦੇ ਵਿੱਚ ਤੇ ਸੁੱਤੇ ਹੀ ਨਹੀਂ ਹੁੰਦੇ ਨਾ ਤੇ ਦਿਮਾਗ ਨੂੰ ਰੈਸਟ ਹੀ ਨਹੀਂ ਮਿਲੀ ਹੁੰਦੀ ਤਾਂ ਹਲੇ ਤਾਂ ਇਹਨੂੰ ਮਤਲਬ ਨੋਰਮਲ ਕਰਨ ਲਈ ਟਾਈਮ ਲੱਗੇਗਾ ਇਹਦੇ ਨਾਲ ਬੈਠਣਾ ਪਏਗਾ ਟਾਈਮ ਸਪੈਂਡ ਕਰਨਾ ਪਏਗਾ ਤਾਂ ਕਿ ਹੌਲੀ-ਹੌਲੀ ਖੁਦ ਨੂੰ ਕੰਫਰਟੇਬਲ ਲੈਵਲ ਤੇ ਲੈ ਕੇ ਆਵੇ ਉਦ ਨੂੰ ਤਾਂ ਨਹੀਂ ਹਾਮ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਨਹੀਂ ਬਿਲਕੁਲ ਵੀ ਨਹੀਂ ਇਹਨਾਂ ਦਾ ਕੁਝ ਨਹੀਂ ਕਰਦੀ ਡਰ ਤੋਂ ਉਸੇ ਪਿਆਰ ਨਾਲ ਕੁਝ ਵੀ ਕਹਿੰਦੇ ਹੋ ਜਦੋਂ ਉਹਨ ਕੇਅਰ ਟੇਕਰ ਹੈ ਗਿਆ ਉਹ ਅਗਰ ਇਹਨੂੰ ਕਹਿੰਦੇ ਆ ਰਿੰਪੀ ਆ ਜਾ ਨਹਾ ਲਈਏ ਤਾਂ ਉਹਨਾਂ ਨੂੰ ਕਈ ਵਾਰੀ ਮਨਾ ਵੀ ਕਰ ਦਿੰਦੀ ਹੈ ਮੈਂ ਕਹਿੰਦਾ ਰਿੰਪੀ ਚੱਲ ਆਪਾਂ ਫਲਾਣੀ ਜਗ੍ਹਾ ਜਾਣਾ ਹੈਗਾ ਘੁੰਮਣ ਚੱਲਾਂਗੇ ਤੇ ਨਹਾਇਆ ਸੋਹਣੇ ਬਣ ਜਾ ਤੇ ਬੜੀ ਧੰਦੀ ਮੰਨ ਲੈਂਦੀ ਹੈ ਜਿਵੇਂ ਤੁਹਾਡੇ ਕੋਲ ਦੋਸਤ ਬਹੁਤ ਟਾਈਮ ਤੋਂ ਰਹਿ ਰਹੇ ਹੋ ਰੱਖਿਆ ਹੋਇਆ ਤੁਸੀਂ ਕੇਅਰ ਕਰਦੇ ਹੋ ਸੰਭਰਿਓ ਕੀ ਲੱਗਦਾ ਤੁਹਾਨੂੰ ਕਿ ਅਜਿਹੀ ਹਾਲਤ ਦੇ ਪਿੱਛੇ ਕੀ ਰੀਜ਼ਨ ਕੀ ਹੋ ਸਕਦਾ ਹੈ ਮਤਲਬ ਕੁਝ ਤਾਂ ਤੁਹਾਨੂੰ ਕਿਤੇ ਨਾ ਕਿਤੇ ਗੱਲਾਂ ਪਤਾ ਕਰਦੇ ਹੋ ਕੁਝ ਤਾਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕੀ ਹੋ ਸਕਦਾ ਹੈ ਅੱਜ ਮੈਨੂੰ ਇਹ ਤਾਂ ਸ਼ੋਰ ਹੈਗਾ ਵੀ ਇਹਦੇ ਨਾਲ ਕੁਝ ਨਾ ਕੁਝ ਤਾਂ ਹੋਇਆ ਕਿੱਦਾਂ ਦਾ ਹੋਇਆ ਮਤਲਬ ਉਹ ਆਉਣ ਵਾਲਾ ਟਾਈਮ ਦੱਸੇਗਾ ਮਤਲਬ ਮੈਂ ਟਾਈਮ ਤੋਂ ਪਹਿਲਾਂ ਕੁਝ ਨਹੀਂ ਕਹਿਣਾ ਚਾਹੁੰਦੀ ਕਿਸੇ ਹਾਦਸੇ ਦਾ ਸ਼ਿਕਾਰ ਹੋਈ ਹੈ ਜਾਂ ਇਹਨੂੰ ਕੋਈ ਗਹਿਰਾ ਦਿਮਾਗੀ ਸਦਮਾ ਲੱਗਿਆ ਹੈ ਨਾ ਉਹ ਇਹ ਖੁਦ ਹੀ ਦੱਸੇਗੀ ਜਾਂ ਕੋਈ ਰੱਬ ਦਾ ਬੰਦਾ ਹੋਰ ਜਿਹੜਾ ਇਹਨੂੰ ਜਾਣਦਾ ਹੋਵੇ ਉਹ ਆਏਗਾ ਉਹ ਦੱਸੇਗਾ ਤਾਂ ਮਤਲਬ ਥੇਰੀ ਪਤਾ ਲੱਗ ਸਕਦਾ ਪਰ ਮੈਨੂੰ ਲੱਗਦਾ ਤੁਸ ਬਹੁਤ ਵੈਲ ਐਜੂਕੇਟਡ ਹੈ ਡਬਲ ਐਮਏ ਕੀਤੀ ਹੋਈ ਹੈ ਕੋਈ ਸਕੂਲ ਕਾਲਜ ਆਦੀਆ ਫਰੈਂਡਸ ਵਗੈਰਾ ਹੋਣਗੇ ਜਾਂ ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਐਕਚੁਅਲ ਚ ਉਹ ਕੋਸ਼ਿਸ਼ ਕੀਤੀ ਪਰ ਇਹਦੇ ਜਿਹੜੇ ਮਤਲਬ ਇਹਦੇ ਏਜ ਗਰੁੱਪ ਦੇ ਲੋਕ ਆ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਕਿ ਕਿ ਸਾਲ ਪਹਿਲਾਂ ਤਾਂ ਉਹ ਇਹਰੇ ਤੋਂ ਮਤਲਬ ਸੈਪਰੇਟ ਹੋ ਚੁੱਕੇ ਉਹਨਾਂ ਦੇ ਸੰਪਰਕ ਦੇ ਵਿੱਚ ਨਹੀਂ ਸੀ ਹੈ ਜਿਵੇਂ ਹੁਣ ਵੀ ਇਹ ਕੈਮਰਾ ਨੂੰ ਦੇਖ ਕੇ ਹਾਈਪਰ ਹੋ ਗਈ ਸੀਗੀ ਜਦੋਂ ਅਸੀਂ ਕੈਮਰਾ ਆਨ ਕੀਤਾ ਕਹਿੰਦੇ ਹੋ ਤੁਸੀਂ ਭਰਾ ਭਾਬੀ ਨੂੰ ਵੀ ਦੇਖ ਕੇ ਹਾਈਪਰ ਆ ਜਿਹੜਾ ਹੋ ਜਾਂਦੀ ਹੈ ਜੀ ਭਰਾ ਚਲੋ ਨਹੀਂ ਦੱਸਦਾ ਤੁਸੀਂ ਕਹਿ ਰਹੇ ਹੋ ਕਿ ਭਰਾ ਸਹੀ ਉਹਦੀ ਕੰਡੀਸ਼ਨ ਸਹੀ ਨਹੀਂ ਲੱਗਦੀ ਹੈਗੀ ਆ ਜੂਆ ਖੇਡਦਾ ਵਾ ਜਾਂ ਕੁਝ ਵੀ ਹੈ ਨਾ ਤੇ ਭਾਬੀ ਕੇ ਭਾਬੀ ਖੇਡਦਾ ਜਾਂ ਨਹੀਂ ਖੇਡਦਾ ਇਹ ਰੀਮਪੀ ਵੱਲੋਂ ਤੁਹਾਨੂੰ ਦੱਸਿਆ ਜੀ ਰੀਮਪੀ ਵੱਲੋਂ ਤੁਸੀਂ ਭਾਬੀ ਭਾਬੀ ਨਾਲ ਗੱਲ ਕੀਤੀ ਸੀ ਨਹੀਂ ਆ ਜੋ ਉਥੇ ਨਾ ਮੈਨੂੰ ਦੋਨੋਂ ਹੀ ਮਤਲਬ ਇੱਕ ਪੰਨਾ ਬੁੱਢੇ ਦਾ ਨਾ ਪਾ ਗੱਲ ਕਰਦੇ ਆ ਵੀ ਇੱਕੋ ਥਲੀ ਦੇ ਚਟੇਵੱਟੇ ਜਿ ਲੱਗਦੇ ਆ ਮਤਲਬ ਇੱਕ ਦੂਜੇ ਦੀ ਗੱਲ ਨੂੰ ਕਾਫੀ ਮਤਲਬ ਪਰਦੇ ਪਾਣ ਦੀ ਕੋਸ਼ਿਸ਼ ਕਰਦੇ ਆ ਔਰ ਦੋਨਾਂ ਦੀਆਂ ਗੱਲਾਂ ਨਾਰਮਲ ਪਰਸਨ ਵਾਲੀਆਂ ਨਹੀਂ ਹੈਗੀਆਂ ਸਾਈਕੋ ਲੋਕਾਂ ਵਾਲੀਆਂ ਹੈਗੀਆਂ ਉਹ ਵੀ ਮੈਂਟਲੀ ਠੀਕ ਨਹੀਂ ਲੱਗਦੇ ਨਹੀਂ ਐਕਚੁਅਲ ਦੇ ਵਿੱਚ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ ਪਿੱਛੇ ਕੋਈ ਨਾ ਕੋਈ ਮਤਲਬ ਰਾਜ ਹੈ ਸਿੱਧੇ ਜਾਨ ਨੂੰ ਕੁਝ ਇਹ ਛੁਪਾ ਰਹੀ ਹੈ ਕੁਝ ਨਹੀਂ ਇਹ ਛੁਪਾ ਨਹੀਂ ਰਹੇ ਉਹਨਾਂ ਦੀਆਂ ਗੱਲਾਂ ਤਾਂ ਮੈਨੂੰ ਇਹ ਲੱਗਦਾ ਵੀ ਉਹ ਜਿੱਦਾਂ ਇਹਦੇ ਠੀਕ ਹੋਣ ਦੇ ਵਿੱਚ ਐਗਰੀ ਨਹੀਂ ਹੁੰਦੇ ਮਤਲਬ ਕੋਈ ਹੈ ਰੀਜ਼ਨ ਇਹਦੇ ਪਿੱਛੇ ਕੀ ਹੈਗਾ ਉਹਦੇ ਬਾਰੇ ਇਤ ਨਹੀਂ ਮੈਨੂੰ ਪਤਾ ਤਾਂ ਫਿਰ ਉਹਨਾਂ ਨੇ ਤਾਂ ਤੁਹਾਨੂੰ ਕਿੱਦਾਂ ਸੌਂਪਿਆ ਸਾਨੂੰ ਤਾਂ ਬਹੁਤ ਬੁਰੀ ਤਰੀਕੇ ਦੇ ਨਾਲ ਮਤਲਬ ਸਾਨੂੰ ਉਹਨਾਂ ਨੇ ਟ੍ਰੀਟ ਕੀਤਾ ਮਤਲਬ ਜਦੋਂ ਅਸੀਂ ਲੈਣ ਗਏ ਉਸ ਸੰਸਥਾ ਦੀ ਮਦਦ ਦੇ ਨਾਲ ਹੋਰ ਮਹੱਲੇ ਦੇ ਲੋਕਾਂ ਦੀ ਮਦਦ ਦੇ ਨਾਲ ਤੋਂ ਬਿਲਕੁਲ ਵੀ ਐਗਰੀ ਨਹੀਂ ਸੀ ਕਰ ਰਹੇ ਉਹ ਮਤਲਬ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਤੇ ਜਦੋਂ ਸਾਰਿਆਂ ਨੇ ਗੱਲ ਕੀਤੀ ਵੀ ਤੁਸੀਂ ਤਾਂ ਸਿਰਫ ਇਲਾਜ ਹੀ ਕਰਨਾ ਚਾਹੁੰਦੇ ਆ ਔਰ ਦੇਖੋ ਇੱਕ ਸਿੱਧੀ ਜਿਹੀ ਗੱਲ ਹੈ ਕਿ ਠੀਕ ਹੋਏਗੀ ਆਪਣੇ ਘਰ ਜਾਏਗੀ ਤਾਂ ਮੈਨੂੰ ਖੁਸ਼ੀ ਹੋਏਗੀ ਠੀਕ ਹੈ ਇੱਕ ਅੱਛੇ ਇਨਸਾਨਾਂ ਵਾਲੀ ਜ਼ਿੰਦਗੀ ਜੀਏ ਕਿ ਮੇਰਾ ਮਕਸਦ ਇਹੀ ਹੈ राइट ਇਹਨੂੰ ਕੱਚੀ ਲਾਈਵ ਮਿਲ ਜਾਏ ਅਗਰ ਇਹ ਠੀਕ ਹੋ ਕੇ ਆਪਣੀ ਜ਼ਿੰਦਗੀ ਚ ਵਾਪਸ ਚਲੀ ਜਾਂਦੀ ਹੈ ਤਾਂ ਮੇਰੇ ਨਾਲੋਂ ਜ਼ਿਆਦਾ ਖੁਸ਼ੀ ਕਿਸੇ ਨੂੰ ਨਹੀਂ ਹੋ ਸਕਦੀ ਔਰ ਮੈਂ ਇਹ ਵੀ ਨਹੀਂ ਕਹਿੰਦੀ ਹੈ ਕੱਲੂ ਹੈ ਆਪਣੇ ਭਰਾ ਪਰਜਾਇਦੇ ਨਾਲ ਹੋ ਸਕਦਾ ਬਿਲਕੁਲ ਨਾਰਮਲ ਹੋਵੇ ਇਹਦਾ ਪਿਆਰ ਹੋਵੇ ਇਦਾਂ ਦਾ ਕੁਝ ਨਾ ਵੀ ਵਾਪਰਿਆ ਹੋਵੇ ਪਰ ਫਿਲਹਾਲ ਉਹਨਾਂ ਵੱਲੋਂ ਇਦਾਂ ਦੀ ਕੋਈ ਸਪੋਰਟ ਹੈ ਨਹੀਂ ਕੋਈ ਮਤਲਬ ਢਾਈ ਨਹੀਂ ਉਹਨਾਂ ਨੂੰ ਦੇਖ ਰੇ ਕਿ ਪਿਆਰ ਕੁਝ ਵੀ ਨਹੀਂ ਲੱਗਦਾ ਨਹੀਂ ਕੁਝ ਨਹੀਂ ਇਦਾਂ ਦਾ ਬਿਲਕੁਲ ਉਹਨਾਂ ਦੇ ਅੱਜ ਦੇ ਬੱਚੇ ਹੈਗੇ ਨਹੀਂ ਮਨ ਆਪਣਾ ਬੱਚਾ ਵੀ ਕੋਈ ਨਹੀਂ ਹੈ ਏਜ ਕਿੰਨੀ ਹੋਏਗੀ ਰਿੰਪੀ ਜੀ ਮੇਰੇ ਖਾਲਸਾ 30 ਦੇ ਉੱਪਰ ਹੈਗੀ ਹੈ 32 ਦੇ ਕਰੀਬ ਹੈ ਜੀ 32 ਦੇ ਕਰੀਬ ਹੈ ਜੀ ਕਈ ਪਰਸਨਲ ਗੱਲਾਂ ਸ਼ੇਅਰ ਕੀਤੀ ਹੋਵੇ ਕਦੇ ਜਿਵੇਂ ਤੁਹਾਡੇ ਨਾਲ ਬਹੁਤ ਪਿਆਰ ਆਦਾ ਕੁਲ ਮਿਲ ਗਈ ਹੈ ਕਦੇ ਕੋਈ ਦਿਲ ਦੀ ਗੱਲ ਸਾਂਝੀ ਕੀਤੀ ਹੋ ਪਰ ਅੱਜ ਮੈਂ ਤੁਹਾਨੂੰ ਮਤਲਬ ਉਹੀ ਗੱਲ ਕਹਿ ਰਹੀ ਹਾਂ ਬਾਰ-ਬਾਰ ਵੀ ਮੈਂ ਨਾ ਕੋਸ਼ਿਸ਼ ਕਰਦੀ ਹਾਂ ਵੀ ਖੁਦ-ਖੁਦ ਮੇਰੇ ਨਾਲ ਕੰਫਰਟੇਬਲ ਹੋਵੇ ਹੈਨਾ ਇਹਨੂੰ ਲੱਗੇ ਵੀ ਮੈਂ ਅੱਜ ਬੈਠ ਕੇ ਗੱਲ ਕਰਨੀ ਹੈ ਕਿਉਂਕਿ ਮੇਰੇ ਕੋ ਮੇਰਾ ਜਿਹੜਾ ਹੁਣ ਤੱਕ ਦਾ ਐਕਸਪੀਰੀਅੰਸ ਉਹ ਇਹੀ ਹੈ ਵੀ ਜੇ ਮਤਲਬ ਇਦਾਂ ਦੇ ਕੇਸ ਵੀ ਹੈਗੇ ਆ ਜਿਹੜੀਆਂ ਮਾਮਾ ਦੀ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ ਰਾਈਟ ਉਹ ਮੈਂ ਉਹਨਾਂ ਦੇ ਕੋਲ ਦੀ ਲੰਘ ਰਹੀ ਹਾਂ ਤਾਂ ਮੇਰੀ ਬਾਹ ਫੜ ਕੇ ਮੈਨੂੰ ਰੋਕ ਲੈਂ ਆ ਪ੍ਰੋਬਲਮ ਹੈਗੀ ਜਦ ਮੈਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਮਤਲਬ ਇਹ ਆਪ ਉਸ ਲੈਵਲ ਤੇ ਆਉਂਦੇ ਆ ਤਾਂ ਫਿਰ ਜ਼ਿਆਦਾ ਵਧੀਆ ਗੱਲ ਹੁੰਦੀ ਹੈ ਫਿਰ ਉਹਦੇ ਅੰਦਰ ਜੋ ਵੀ ਬਲਬਲਾ ਹੈਗਾ ਉਹ ਨਿਕਲ ਕੇ ਬਾਹਰ ਆਏਗਾ ਮੈਨੂੰ ਸਮਝਣਾ ਸੌਖਾ ਹੋਏਗਾ ਇੱਕ ਪੜ੍ਹੀ ਲਿਖੀ ਨੌਜਵਾਨ ਲੜਕੀ ਵੈਲ এডਿਕੇਟਿਡ ਡਬਲ ਐਮ ਐਸ ਲੜਕੀ ਦੀ ਕੀਤੀ ਹੋਈ ਹੈ ਪਤਾ ਨਹੀਂ ਇਸ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਕਿਹੜਾ ਪਾਣਾ ਇਸ ਦੇ ਨਾਲ ਵਾਪਰਿਆ ਜਿਸ ਤੋਂ ਬਾਅਦ ਉਸਦੀ ਹਾਲਤ ਹੋ ਗਈ ਹੈ ਕਿ 4 ਸਾਲਾਂ ਤੱਕ ਉਸਦੇ ਅਪਦੇ ਹੀ ਪ੍ਰਾਣ ਨੇ ਉਸਦੀ ਭਾਬੀ ਨੇ ਉਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇੱਕ ਰੈਸਕਿਊ ਹੁੰਦਾ ਰੈਸਕਿਊ ਆਪਰੇਸ਼ਨ ਦੇ ਦੌਰਾਨ ਐਨ ਜੀਓਜ਼ ਦੀ ਮਦਦ ਦੇ ਨਾਲ ਇਸ ਲੜਕੀ ਨੂੰ ਉਸ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਬਹੁਤ ਵਾਇਰਲ ਹੁੰਦੀ ਹੈ ਉਸਦੀ ਇਹ ਖਬਰ ਪਰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਆਖਰ ਇਸ ਲੜਕੀ ਦੇ ਨਾਲ ਅਜਿਹਾ ਕੀ ਹੋਇਆ ਸੀਗਾ ਜਿਸ ਤੋਂ ਬਾਅਦ ਉਸ ਨੂੰ 4 ਸਾਲ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਣਾ ਅਸੀਂ ਇਹ ਜਾਣਨ ਦੇ ਲਈ ਅਜਿਸ ਆਸ਼ਰਮ ਦੇ ਵਿੱਚ ਪੁੱਜੇ ਸੀਗੇ ਕਿ ਗੱਲਬਾਤ ਕਰਨ ਦੀ ਵੀ ਸਾਡੇ ਵੱਲੋਂ ਇਸ ਲੜਕੀ ਦੇ ਨਾਲ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਕੈਮਰਾ ਦੇਖ ਕੇ ਜਿਹੜਾ ਸਹਿਮ ਸਹਿਮ ਰਹੀ ਹੈ ਡਰ ਲੱਗ ਰਿਹਾ ਉਸ ਨੂੰ ਭੱਜ ਰਹੀ ਹੈ ਕਿਤੇ ਨਾ ਕਿਤੇ ਉਹ ਆਪਣੇ ਦਿਲ ਦੀ ਪੜਾਸ ਕੱਢਣਾ ਚਾਹੁੰਦੀ ਹੈ ਗੱਲ ਕਰਨਾ ਚਾਹੁੰਦੀ ਹੈ ਪਰ ਕਿਤੇ ਨਾ ਕਿਤੇ ਹੈ ਉਸ ਦੀਆਂ ਗੱਲਾਂ ਤੋਂ ਇਹ ਮਹਿਸੂਸ ਹੋ ਰਿਹਾ ਕਿ ਉਸ ਨੂੰ ਇਨਸਾਨਾਂ ਤੇ ਇਨਸਾਨੀਅਤ ਤੇ ਭਰੋਸਾ ਨਹੀਂ ਹੈ ਕੋਸ਼ਿਸ਼ ਕੀਤੀ ਸੀ ਮੈਡਮ ਤੋਂ ਵੀ ਜਾਣਨ ਦੀ ਬਹੁਤ ਗੱਲਾਂ ਨੇ ਜੋ ਖੁੱਲ ਕੇ ਸਾਹਮਣੇ ਆਇਆ ਯਾਨੀ ਕਿ ਉਸਦੇ ਅੱਦੇ ਹੀ ਭਰਾ ਤੇ ਉਸਦੀ ਭਾਬੀ ਹੈ ਜੋ ਉਸ ਦੀ ਕੇਅਰ ਨਹੀਂ ਕਰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਸ ਦੇ ਨਾਲ ਲगाव ਨਹੀਂ ਹੈ ਬਹੁਤ ਸਾਰੀਆਂ ਗੱਲਾਂ ਖੁੱਲ ਕੇ ਸਾਹਮਣੇ ਆਇਆ ਨੇ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਜਿਹਾ ਕਿਹੜਾ ਪਾਣਾ ਵਾਪਰਿਆ ਪਰ ਉਹ ਖੁੱਲ ਕੇ ਹਾਲੇ ਵੀ ਸਾਹਮਣੇ ਇਹ ਗੱਲ ਨਹੀਂ ਆ ਪਈ ਹੈ ਕਿਉਂਕਿ ਇਹ ਲੜਕੀ ਹੈ ਜਿਸ ਦਾ ਨਾਮ ਰਿੰਪੀ ਹੈ 30 ਪਲੱਸ ਦੀ ਉਮਰ ਹੈ ਉਹ ਖੁਦ ਵੀ ਹਾਲੇ ਕੁਝ ਦੱਸਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਸ ਦੀ ਅਜੇ ਹੀ ਨਹੀਂ ਹੈ ਜੋ ਕਿ ਕੁਲਕੇ ਕੁਝ ਆਪਣੇ ਬਾਰੇ ਬਿਆਨ ਕਰ ਸਕੇ ਅਸੀਂ ਖਾਸ ਰਿਪੋਰਟ ਦੇ ਵਿੱਚ ਬਸ ਇਹਨਾਂ ਕਿ ਕੈਮਰਾਮੈਨ ਗੋਤਮ ਦੇ ਨਾਲ ਆਰਸੂ ਸ਼ੇਖ ਲੁਧਿਆਣਾ ਲਾਈਵ